ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ ਜੀ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ। ਅਤੇ ਅੱਜ ਅਸੀਂ ਜਾ ਰਹੇ ਹਾਂ ਜੀ ਅੰਮ੍ਰਿਤਸਰ ਸ਼ਹਿਰ, ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਅੱਜ ਕੀਰਤਨ ਦਰਬਾਰ ਆ ਜੀ। ਅਤੇ ਸਮਾਂ ਹੋ ਚੁੱਕਿਆ ਜੀ ਆਲਮੋਸਟ 8:15 ਦਾ, ਅਤੇ ਰਾਤ 10 ਵਜੇ ਸਾਡਾ ਕੀਰਤਨ ਹੈ। ਸੋ ਅੱਜ ਅਪਡੇਟ ਇਹ ਹੈ ਜੀ ਕਿ ਅਸੀਂ ਹਾਰਮੋਨੀਅਮ ਨਵੇਂ ਲਏ ਹੈ, ਅਤੇ ਅੱਜ ਅਸੀਂ ਹਾਰਮੋਨੀਅਮ ਨਵੇਂ ਲੈ ਕੇ ਜਾਵਾਂਗੇ ਜੀ। ਤਾਂ ਤੁਹਾਨੂੰ ਦਿਖਾ ਦਿੰਦੇ ਹਾਂ ਜੀ, ਅੱਜ ਅਨਬੋਕਸਿੰਗ ਵੀ ਕਰਦੇ ਹਾਂ, ਅਤੇ ਤੁਸੀਂ ਦੇਖਿਓ ਕਲਰ ਕਿੱਦਾਂ ਦਾ ਲੱਗਾ, ਅਤੇ ਬਾਕੀ ਪਾਸ ਤੁਸੀਂ ਕਰਨਾ। ਲਿਆਓ ਸਿਮਰਨ ਜੀ, ਲਓ ਜੀ, ਲਓ ਲਓ ਜੀ, ਇਹ ਜੀ ਨਵੇਂ ਹਾਰਮੋਨੀਅਮ। ਅਤੇ ਕਰਾਂਗੇ ਜੀ ਹੁਣ ਜੀ ਅਨਬੋਕਸਿੰਗ। ਕਲਰ ਨਵਾਂ ਬਣਾਇਆ ਜੀ ਐਤਕੀ, ਕੈਮਲ ਕੈਮਲ ਕਲਰ ਹੈ ਜੀ ਇਹ, ਇਹਨੂੰ ਕਹਿੰਦੇ ਆ। ਮੈਂ ਕਿਹਾ ਥੋੜ੍ਹਾ ਜਿਹਾ ਨਵਾਂ ਟਰਾਈ ਕਰਦੇ ਹਾਂ ਐਤਕੀ ਫਿਰ, ਅਤੇ ਤੁਸੀਂ ਵੇਖੋ ਜੀ। ਅੱਛਾ ਨਾ ਜੀ, ਥੋੜ੍ਹਾ ਡਿਫਰੈਂਟ ਹੈ, ਆਸ ਕਰਦਾ ਤੁਸੀਂ ਪਸੰਦ ਕਰੋਗੇ। ਇਹਦੀ ਟੋਨ ਵੀ ਦੇਖ ਲੈਂਦੇ ਹਾਂ ਆਪਾਂ। ਗੋਲ ਟੋਨ ਰਖਾਉਂਦਾ ਹੁੰਦਾ, ਜ਼ਿਆਦਾ ਸ਼ਾਰਪ ਨਹੀਂ ਰਖਾਉਂਦਾ ਹੁੰਦਾ, ਕਿਉਂਕਿ ਜਿਹੜੇ ਜ਼ਿਆਦਾ ਸ਼ਾਰਪ ਹੁੰਦੇ ਆ ਹਾਰਮੋਨੀਅਮ, ਉਹ ਥੋੜ੍ਹਾ ਜਿਹਾ ਨਾ ਮੇਰੇ ਕੰਨਾਂ ਨੂੰ ਜ਼ਿਆਦਾ ਪੈਂਦੇ ਆ, ਅਤੇ ਮੈਨੂੰ ਥੋੜ੍ਹਾ ਜਿਹਾ ਨਾ ਸੂਦਿੰਗ ਜੀ ਸੁਰ ਚਾਹੀਦੀ ਹੁੰਦੀ ਹੈ। ਸੋ ਮੈਂ ਨਾਗੀ ਇੰਸਟਰੂਮੈਂਟ ਵਾਲੇ ਜੋ ਵੀਰ ਜੀ ਹੈਗੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹੁੰਦਾ ਕਿ ਜ਼ਿਆਦਾ ਸ਼ਾਰਪ ਨਾ ਬਣਾਇਓ। ਸੋ ਉਹਨਾਂ ਨੂੰ ਹੁਣ ਮੇਰੀ ਟੋਨ ਦਾ ਸਮਝ ਆ ਚੁੱਕੀ ਹੋਈ ਹੈ, ਸੋ ਥੋੜ੍ਹਾ ਜਿਹਾ ਗੋਲ ਬਣਾਉਂਦੇ ਆ ਸੁਰ, ਗੋਲ ਸੁਰ ਹੈ ਕਿਉਂਕਿ ਮੇਰਾ ਗਲਾ ਵੀ ਥੋੜ੍ਹਾ ਜਿਹਾ ਗੋਲ ਜਿਹਾ ਹੀ ਹੈ, ਅਤੇ ਉਸ ਹਿਸਾਬ ਨਾਲ ਮੈਨੂੰ ਵਾਜਾ ਚਾਹੀਦਾ ਹੁੰਦਾ। ਅਤੇ ਬਹੁਤ ਅੱਛਾ ਬਣਾਇਆ, ਅਤੇ ਬਹੁਤ ਧੰਨਵਾਦ ਹੈ ਜੀ ਨਾਗੀ ਵਾਲਿਆਂ ਦਾ ਵੀ, ਅਤੇ ਆਸ ਕਰਦੇ ਹਾਂ ਤੁਹਾਨੂੰ ਇਹ ਕਲਰ ਪਸੰਦ ਆਇਆ ਹੋਏਗਾ ਜੀ। ਇਹ 2 ਸੈੱਟ ਦੇ ਵਾਜੇ ਆ ਜੀ, ਇਹਦੇ ਵਿੱਚ 2 ਸੈੱਟ ਹੁੰਦੇ ਆ ਜੀ ਲੱਗੇ, ਅਤੇ ਬਾਸਮੇਲ ਇਹਨੂੰ ਕਹਿੰਦੇ ਆ ਜੀ, ਅਤੇ ਬਾਸਮੇਲ ਦਾ ਇਹ ਵਾਜਾ ਜੀ। ਅਤੇ ਸਿਮਰਨ ਜੀ ਹੋਰ ਕੁਛ ਕਹਿਣਾ ਚਾਹੋਗੇ? ਕਲਰ ਬਹੁਤ ਅੱਛਾ, ਮੈਨੂੰ ਤਾਂ ਕਲਰ ਦੇਖ ਕੇ ਆਨੰਦ ਆ ਗਿਆ, ਨਵਾਂ ਕਲਰ ਹੈ, ਨਵੇਂ ਨਵੇਂ ਕਲਰ ਵਰਤੀ ਦੇ ਆ, ਟੋਨ ਤਾਂ ਕਿਆ ਬਾਤ ਹੈ। ਹਾਂ, ਪਹਿਲਾਂ ਅਸੀਂ ਨੀਲੇ ਵਾਜੇ ਬਣਵਾਏ ਸੀਗੇ, ਅਤੇ ਉਹ ਵੀ ਤੁਸੀਂ ਬੜੇ ਪਸੰਦ ਕੀਤੇ ਸੀਗੇ, ਅਤੇ ਮੈਂ ਕਿਹਾ ਚਲੋ ਐਤਕੀ ਹੁਣ ਇਹ ਕਲਰ ਵਰਤਦੇ ਹਾਂ। ਮੇਰੇ ਕੋਲ ਇੱਕ ਹੋਰ ਹਾਰਮੋਨੀਅਮ ਦੀ ਜੋੜੀ ਪਈ ਹੁੰਦੀ ਹੈ, ਉਹ ਹੈਗਾ ਚੈਰੀ ਕਲਰ ਹੈ, ਉਹ ਵੀ ਕਦੇ ਕਦਾਈਂ ਤੁਸੀਂ ਕੀਰਤਨ ਦਰਬਾਰ 'ਤੇ ਦੇਖਿਆ ਹੋਏਗਾ, ਅਤੇ ਹੁਣ ਆਹ ਕਲਰ ਬਣਾਇਆ ਜੀ, ਅਤੇ ਤੁਸੀਂ ਅਸੀਸ ਬਖਸ਼ਿਸ਼ ਕਰਿਓ, ਸਤਿਗੁਰ ਦੀ ਦਇਆ ਹੋਵੇ ਤਾਂ ਬਜਾ ਹੋ ਸਕਦੇ ਆ ਜੀ। ਆਪਣੀ ਤਾਂ ਆਪਾਂ ਤਾਂ ਬਸ ਖਰੀਦ ਤੱਕ ਹੀ ਸੀਮਤ ਹਾਂ, ਅਤੇ ਮਾਲਕ ਬਖਸ਼ਿਸ਼ ਕਰਨ, ਅਸੀਸਾਂ ਬਖਸ਼ਿਸ਼ ਕਰੋ ਜੀ। ਚਲੋ ਆਓ ਚੱਲੀਏ ਜੀ ਅੰਮ੍ਰਿਤਸਰ ਸ਼ਹਿਰ ਨੂੰ, ਅਤੇ ਉੱਥੇ ਜਾ ਕੇ ਕੀਰਤਨ ਸੁਣਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੇ ਕੋਲ ਟਾਈਮ ਹੈਗਾ ਜੀ ਪੂਰਾ 8:25 ਹੋ ਚੁੱਕੇ ਹੋਏ ਨੇ, ਅਤੇ ਲਗਭਗ ਅਸੀਂ 9:45 ਅਸੀਂ ਉੱਥੇ ਪਹੁੰਚ ਜਾਵਾਂਗੇ ਜੇ ਸਤਿਗੁਰ ਨੇ ਚਾਹਿਆ ਤਾਂ, ਜੇ ਕੋਈ ਟ੍ਰੈਫਿਕ ਨਾ ਮਿਲਿਆ ਸਾਨੂੰ ਰਸਤੇ ਦੇ ਵਿੱਚ, ਅਤੇ ਅਸੀਂ ਟਾਈਮ ਸਿਰ ਪਹੁੰਚ ਜਾਵਾਂਗੇ, ਅਤੇ ਬਾਕੀ ਦੀ ਅਪਡੇਟਾਂ ਤੁਹਾਨੂੰ ਦਿੰਦੇ ਜਾਂਦੇ ਹਾਂ। ਇਹ ਬਾਰਿਸ਼ ਕਦੋਂ ਪਈ ਭਲਾ? ਥਾਂ ਜਿਹੜੀ ਹੈ ਨਾ ਥੋੜੀ ਓਦਾਂ ਵੀ ਨੀਵੀਂ ਹੈ, ਇੱਥੇ ਖੜਦਾ ਪਾਣੀ। ਲਓ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਐਂਟਰ ਕਰ ਚੁੱਕੇ ਹੋਏ ਹਾਂ ਜੀ, ਅਤੇ ਗੁਰਦੁਆਰਾ ਬਾਬਾ ਅਟਲ ਰਾਏ ਜੀ ਨੂੰ ਜਾਂਦਿਆਂ ਅਸੀਂ ਕੁਛ ਇਸ ਰਸਤੇ ਵੱਲ ਨੂੰ ਪਾਏ ਹਾਂ ਜੀ, ਥੋੜ੍ਹੀਆਂ ਭੀੜੀਆਂ ਗਲੀਆਂ ਜੇ, ਪਰ ਰਸ਼ ਨਹੀਂ ਹੈਗਾ,
ਇਹ ਚੰਗੀ ਗੱਲ ਹੈ ਕਿਉਂਕਿ ਰਾਤ ਦਾ ਸਮਾਂ 9:30 ਵਜੇ ਹੋਏ ਨੇ ਅਤੇ ਇਸੇ ਕਾਰਨ ਇੱਥੇ ਰਸ਼ ਨਹੀਂ ਹੈ। ਬਿਲਕੁਲ ਦਰਬਾਰ ਸਾਹਿਬ ਦੇ ਨਾਲ ਨਾਲ ਜਾਂਦਾ ਰਸਤਾ। ਹਾਂ ਅੱਛਾ ਨਾਲ ਨਾਲ ਹੀ ਬਿਲਕੁਲ ਜਾਂਦਾ ਦਰਬਾਰ ਸਾਹਿਬ। ਓਕੇ ਓਕੇ ਮੈਨੂੰ ਨਾ ਹਮੇਸ਼ਾ ਇਹ ਥੋੜੀ ਗਲਤੀ ਗਲੀਆਂ ਦਾ ਨਾ ਇਹ ਭੁਲੇਖਾ ਰਿਹਾ। ਸਾਡੇ ਨਾਲ ਨੇ ਸਰਦਾਰ ਗੁਰਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਪਹੁੰਚ ਗਏ ਆ ਜੀ ਅਸੀਂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਦਰਸ਼ਨ ਦੀਦਾਰੇ ਕਰਕੇ ਕੀਰਤਨ ਕਰਕੇ ਇੱਕ ਮਿੰਟ ਕਾਕਾ ਜੀ ਟੋਲਾ ਘੱਟ ਪਾਓ ਸੋਰੀ ਅਤੇ ਕੀਰਤਨ ਕਰਕੇ ਜੀ ਅਤੇ ਹੁਣ ਅਸੀਂ ਵਾਪਸ ਤੁਰ ਪਏ ਹਾਂ ਜੀ। ਬਹੁਤ ਆਨੰਦ ਆਇਆ ਕੀਰਤਨ ਦਾ। ਸੋ ਜੀ ਹੁਣ ਅਸੀਂ ਵਾਪਸੀ ਜਾ ਰਹੇ ਹਾਂ ਜਲੰਧਰ ਤੇ ਖਾਧਾ ਪੀਤਾ ਅਸੀਂ ਕੁਛ ਨਹੀਂ ਹੈ ਤੇ ਇੱਕਦਮ ਨਿਕਲਦਿਆਂ ਹੈ ਅੱਛਾ ਇਹ ਮਤਲਬ ਕੀਰਤਨ ਦਰਬਾਰ ਤੋਂ ਪ੍ਰਸ਼ਾਦ ਮਿਲਿਆ ਹੈ। ਲਓ ਜੀ ਇਹ ਕੀਰਤਨ ਦਰਬਾਰ ਤੋਂ ਜੀ ਪ੍ਰਸ਼ਾਦ ਮਿਲਿਆ ਮਲਟੀ ਲਓ ਜੀ ਤੁਸੀਂ ਮਲਟੀ ਟੈਲੈਂਟਡ ਡੱਬਾ ਮਲਟੀ ਟੈਲੈਂਟਡ ਡੱਬਾ ਇੱਕ ਮਿੰਟ ਜੀ ਫੋਕਸ ਕਰੋ ਜੀ ਇਹ ਹੈ ਜੀ ਮਲਟੀ ਟੈਲੈਂਟਡ ਡੱਬਾ। ਅੱਜ ਦੋ ਅਨਬੋਕਸਿੰਗ ਹੋ ਗਈਆਂ ਅੱਜ ਦੋ ਅਨਬੋਕਸਿੰਗ ਹੋ ਗਈਆਂ ਜੀ ਇੱਕ ਵਾਜੇ ਦੀ ਅਨਬੋਕਸਿੰਗ ਕੀਤੀ ਹੈ ਤੇ ਇੱਕ ਡੱਬੇ ਦੀ ਅਨਬੋਕਸਿੰਗ। ਇਧਰੋਂ ਵੀ ਦੇਖੋ ਆਹਾ ਇੱਥੇ ਜ਼ਿਆਦਾ ਅੱਛਾ ਨਜ਼ਰ ਆ ਰਿਹਾ। ਇੱਕ ਲੱਡੂ ਹੈ ਜੀ ਅੱਛਾ ਚਾਰ ਮਿਠਾਈਆਂ ਹੈ ਤੇ ਇੱਕ ਇੱਕ ਦੋ ਦੋ ਪੀਸ ਜ਼ਿਆਦਾ ਮੈਂ ਖਾਣੇ ਨਹੀਂ ਹੈ ਜਿੱਥੇ ਵਾਸਤੇ ਪੂਰੀ ਬੈਲੈਂਸ ਹੈ ਦੇਖੋ ਹੈ ਕਿ ਨਹੀਂ ਸੈਂਟਰ ਵਾਲੀ ਲੈਣ ਸਾਰੇ ਖਾ ਜਾਏਗਾ ਤੂੰ ਇਹ ਬਹੁਤ ਖਾਂਦਾ ਜੀ ਮਿੱਠਾ
ਮੈਂ ਕਿਹਾ ਪੈਰੇ ਸਾਡੇ ਕੋਲ ਆ ਹੱਥ ਕਿੱਥੋਂ ਆਇਆ ਤੁਸੀਂ ਗੱਲਾਂ ਕਰ ਲਓ ਮੈਂ ਉਹਨੀ ਤੇ ਖਾ ਆ ਦੇਖੋ ਜੀ ਡਰਾਈਵਰ ਦਾ ਧਿਆਨ ਡਰਾਈਵਰੀ ਚ ਘੱਟ ਮਿਠਾਈਆਂ ਚ ਜ਼ਿਆਦਾ ਓਹੋ ਕਿਤੇ ਹੋਰ ਹੀ ਪਹੁੰਚਾਤਾ ਇਹਨੇ ਓਹੋ ਇਹ ਤਾਂ ਲੱਗਦਾ ਅੰਮ੍ਰਿਤਸਰ ਵਾਲੇ ਕਿਸੇ ਲਵਲੀ ਸਵੀਟ ਵਾਲੇ ਦੀ ਮਿਠਾਈ ਹੈ ਮਤਲਬ ਵਧੀਆ ਬੰਦੇ ਦੀ ਦੁਸ਼ਮਣੀ ਜਾਰੀ ਹੈ ਮਿਠਾਈ ਨਾਲ ਦੁਸ਼ਮਣ ਦਾ ਖਾਤਮਾ ਕਰਦੇ ਹੋਏ ਸੋ ਜੀ ਦਾਸ ਡਰਾਈਵਿੰਗ ਸੀਟ ਤੇ ਆ ਗਏ ਨੇ ਥੋੜ੍ਹਾ ਜਿਹਾ ਰਸਤਾ ਰਹਿ ਗਿਆ 20-25 ਕਿਲੋਮੀਟਰ ਦਾ ਅਤੇ ਅਸੀਂ ਪਹੁੰਚ ਚੱਲੇ ਹਾਂ ਜੀ ਆਸ ਕਰਦੇ ਹਾਂ ਤੁਹਾਨੂੰ ਇਹ ਛੋਟਾ ਜਿਹਾ ਵਲੋਗ ਪਸੰਦ ਆਇਆ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਇਹ ਵਲੋਗ ਵੇਖਣ ਲਈ ਜੇ ਤੁਹਾਨੂੰ ਵਲੋਗ ਪਸੰਦ ਆਇਆ ਇਹਨੂੰ ਜ਼ਰੂਰ ਤੁਸੀਂ ਅੱਗੇ ਵੀ ਸ਼ੇਅਰ ਕਰੋ ਆਪਣੇ ਭੈਣ ਭਰਾਵਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਯਾਰਾਂ ਮਿੱਤਰਾਂ ਦੇ ਵਿੱਚ ਅਤੇ ਅਗਲਾ ਵਲੋਗ ਲੈ ਕੇ ਜਲਦੀ ਹਾਜ਼ਰ ਹੁੰਦੇ ਹਾਂ ਜੀ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਿਹੜੇ ਨਵੇਂ ਆਏ ਨੇ ਉਹ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਹ ਅਸੀਂ ਆਪਣੇ ਟਰੈਵਲਿੰਗ ਵਲੋਗ ਅਸੀਂ ਦਿਖਾਉਂਦੇ ਰਹਿੰਦੇ ਹਾਂ ਜੀ ਬਣਾਉਂਦੇ ਰਹਿੰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਫਿਰ ਅਗਲੇ ਵਲੋਗ ਦੇ ਵਿੱਚ ਫਿਰ ਤੁਹਾਡੇ ਦਰਸ਼ਨ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ